डीएवी सेंटनरी पब्लिक स्कूल जो कि जगराओं जिला लुधियाना में स्थित है। यह स्कूल अपने इलाके में बहुत ही बढ़िया तरीके से सेवाएं निभा रहा है। यहाँ का स्टाफ हमेशा ही बच्चों को शिक्षा देने के लिए तैयार रहता है। स्कूल में आज के टाइम की हर तरीके की मॉडर्न फैसिलिटी मौजूद है। स्कूल में बच्चों को पढ़ाई के साथ साथ कल्चरल एक्टिविटीज़, गेम्स के साथ साथ भी जोड़ा जाता है। स्कूल के प्रिंसिपल सर हमेशा ही स्टाफ को अपना पूरा सहयोग देते हैं। हमारी पंजाब प्लस की टीम ने डीएवी स्कूल का विशेष दौरा किया। पेश है पंजाब प्लस की टीम से एक रिपोर्ट। ਜਿਹਦੇ ਵਿੱਚੋਂ ਬੇਸਿਕਲੀ ਇਹ ਸਕੂਲ ਜਿਹੜਾ ਸਟਾਰਟ ਕੀਤਾ ਗਿਆ 1987 ਦੇ ਵਿੱਚ ਸ਼ੁਰੂ ਕੀਤਾ ਗਿਆ ਡੀ ਏ ਵੀ ਕੋਲਜ ਜਗਰਾਓਂ ਤੋਂ ਇਹ ਲੈਂਡ ਦਿੱਤੀ ਗਈ ਫਿਰ ਇਸ ਵਿੱਚ ਇੱਕ ਸਕੂਲ ਬਣਾਇਆ ਗਿਆ ਇਹ ਸਕੂਲ ਇਸ ਕਰਕੇ ਬਣਾਇਆ ਗਿਆ ਕਿ ਜਗਰਾਓਂ ਨੂੰ ਇੱਕ ਐਜੂਕੇਸ਼ਨ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇੱਥੇ ਇੱਕ ਵੈਦਿਕ ਸਿੱਖਿਆ ਜਿਹਦੇ ਸੰਸਕਾਰ ਬੱਚਿਆਂ ਨੂੰ ਦੇਣ ਵਾਸਤੇ ਅੱਛੀ ਗਿਆਨ ਦੇਣ ਵਾਸਤੇ ਇਹ ਸਕੂਲ ਦਾ ਇੱਕ ਬਣਾਇਆ ਗਿਆ ਔਰ ਇਸਦਾ ਨਾਂ ਡੀ ਏ ਵੀ ਸੈਂਟਨਰੀ ਸਕੂਲ ਰੱਖਿਆ ਗਿਆ ਇਸ ਕਰਕੇ ਕਿਉਂਕਿ ਡੀ ਏ ਵੀ ਨੇ ਆਪਣੇ 100 ਸਾਲਾਂ ਦਿਵਸ ਦੇ ਉੱਤੇ ਕੁਛ ਸਕੂਲ ਖੋਲ੍ਹੇ ਸੀ ਡੀ ਏ ਵੀ ਸੈਂਟਨਰੀ ਦੇ ਨਾਂ 'ਤੇ ਸ਼ਤਾਬਦੀ ਸਕੂਲ ਇਹਨੂੰ ਕਹਿੰਦੇ ਨੇ ਅਤੇ ਉਸ ਵਿੱਚੋਂ ਇਹ ਵੀ ਸਕੂਲ ਜਗਰਾਓਂ ਨੂੰ ਵੀ ਚੁਣਿਆ ਗਿਆ ਐਜ ਏ ਸਿਟੀ ਹੁਣ ਤੱਕ ਇੱਥੇ ਅੱਛੇ ਅੱਛੇ ਬਹੁਤ ਕਾਬਲ ਪ੍ਰਿੰਸੀਪਲ ਆਪਣੀ ਸੇਵਾਵਾਂ ਦੇ ਚੁੱਕੇ ਨੇ ਔਰ ਇਸ ਸਕੂਲ ਨੂੰ ਬਹੁਤ ਹੀ ਅੱਗੇ ਵਧਾ ਚੁੱਕੇ ਨੇ ਔਰ ਇਸ ਟਾਈਮ ਸਕੂਲ ਦੀ ਸਟਰੈਂਥ 1100 ਦੇ ਕਰੀਬ ਹੈ ਜਿਸ ਵਿੱਚ ਸ਼ਹਿਰ ਦੇ ਮੰਨੇ ਪ੍ਰਮੰਨੇ ਔਰ ਅੱਛੀ ਫੈਮਿਲੀਜ਼ ਦੇ ਬੱਚੇ ਜਿਹੜੇ ਕਿ ਇਸ ਤੋਂ ਸਿੱਖਿਆ ਗ੍ਰਹਿਣ ਕਰ ਰਹੇ ਨੇ ਨਾ ਕਿ ਇੱਥੋਂ ਸਿੱਖਿਆ ਗ੍ਰਹਿਣ ਕਰ ਰਹੇ ਨੇ ਸਿੱਖਿਆ ਗ੍ਰਹਿਣ ਕਰਕੇ ਬਹੁਤ ਅੱਗੇ ਵੱਧ ਚੁੱਕੇ ਨੇ ਔਰ ਇਸ ਟਾਈਮ ਦੇਸ਼ ਦੇ ਪ੍ਰਤੀ ਔਰ ਦੇਸ਼ ਤੋਂ ਬਾਹਰ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਇਸ ਦੇਸ਼ ਨੂੰ ਵੀ ਇੱਕ ਅੱਛੇ ਭਵਿੱਖ ਦੀ ਲੋੜ ਹੈ ਅਤੇ ਅੱਛਾ ਭਵਿੱਖ ਡੀ ਏ ਵੀ ਸੈਂਟਨਰੀ ਸਕੂਲ ਤੋਂ ਅਸੀਂ ਦਿੰਦੇ ਹਾਂ ਸੁਸਾਇਟੀ ਨੂੰ ਦਿੰਦੇ ਹਾਂ ਅੱਛੇ ਸਿਟੀਜ਼ਨ ਤਿਆਰ ਕਰਕੇ ਸਾਡੀ ਇੱਛਾ ਹੈ ਕਿ ਭੇਜੀਏ ਜੋ ਕਿ ਦੇਸ਼ ਆਪਣੇ ਮਾਂ ਪਿਓ ਅਤੇ ਆਪਣੀ ਸੰਸਥਾ ਦਾ ਨਾਂ ਰੋਸ਼ਨ ਕਰਨ ਸਰ ਦੇਖੋ ਅੱਜ ਕੱਲ੍ਹ ਜੇ ਮੈਂ ਕਹਾਂ ਕਿ ਦੇਖੋ ਬੱਚੇ ਨੂੰ ਸਿਰਫ ਪੜ੍ਹਾਉਣਾ ਹੀ ਪੜ੍ਹਾ ਪੜ੍ਹੋ ਪੜ੍ਹੋ ਦੇਖੋ ਮਾਂ ਪਿਓ ਦੀ ਇੱਛਾ ਹੁੰਦੀ ਹੈ ਕਿ ਬੱਚਾ ਪੜ੍ਹੇ ਮੇਰਾ ਅੱਛਾ ਬੱਚਾ ਪੜ੍ਹ ਕੇ ਅੱਗੇ ਤਰੱਕੀ ਕਰ ਜਾਵੇ ਬਟ ਉਸ ਵਿੱਚ ਇਹ ਭੁੱਲ ਜਾਂਦੇ ਆ ਕਿ ਬੱਚੇ ਉਹਨਾਂ ਮਾਂ ਪਿਓ ਨੂੰ ਸਿਰਫ ਬੱਚਿਆਂ ਨਾਲ ਹੀ ਵੈਲਿਊ ਆ ਬੱਚਿਆਂ ਨਾਲ ਹੀ ਵਾਸਤਾ ਹੈ ਬਟ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਬੱਚਾ ਜਦੋਂ 10ਵੀਂ ਕਰਕੇ 16 ਸਾਲ ਦਾ ਹੋ ਜਾਂਦਾ ਜੇ ਉਸ ਬੱਚੇ ਨੂੰ ਕਹਿੰਦੇ ਨੇ
ਕਿ ਘਰ ਦਾ ਕੰਮ ਕਰਨਾ ਪੁੱਤਰ ਜਾਂ ਕੋਈ ਤਿਉਹਾਰ ਮਨਾਉਣਾ, ਬੱਚੇ ਨੂੰ ਕੋਈ ਗਿਆਨ ਨਹੀਂ ਹੁੰਦਾ। ਬੱਚੇ ਨੂੰ ਇੱਕ ਪਾਸੇ ਤੁਸੀਂ ਕਹਿੰਦੇ ਕਿ ਸਿਰਫ ਨੰਬਰ ਲਿਆ ਪੜ੍ਹਨਾ ਹੈ ਬਸ, ਬਟ ਦੂਸਰੇ ਪਾਸੇ ਜਦੋਂ ਬੱਚਾ ਵੱਡਾ ਹੁੰਦਾ ਉਹਨੂੰ ਤੁਸੀਂ ਕਹਿੰਦੇ ਕਿ ਚਲ ਇਹ ਵੀ ਕੰਮ ਕਰਨਾ ਉਹ ਵੀ ਕਰਨਾ, ਫਿਰ ਬੱਚੇ ਨੂੰ ਚੀਜ਼ ਦੇ ਪਤਾ ਹੀ ਨਹੀਂ ਕਿ ਇਹ ਤਾਂ ਮੈਨੂੰ ਦੱਸਿਆ ਨਹੀਂ ਕਦੀ, ਮੈਨੂੰ ਸਿਰਫ ਨੰਬਰਾਂ ਵਾਸਤੇ ਹੀ ਪੜ੍ਹਾਉਂਦੇ ਨੇ ਸਕੂਲ 'ਚ। ਇਸ ਕਰਕੇ ਅਸੀਂ ਪੜ੍ਹਾਈ ਦੇ ਨਾਲ ਨਾਲ ਅਸੀਂ ਬੱਚੇ ਨੂੰ ਇਸ ਕਾਬਿਲ ਬਣਾਉਂਦੇ ਹਾਂ ਕਿ ਹਰ ਤਿਉਹਾਰ ਦੀ ਇੱਕ ਵੱਖਰੀ ਮਹੱਤਤਾ ਹੈ, ਚਾਹੇ ਉਹ ਹਿੰਦੂ ਦਾ, ਸਿੱਖ ਹੈ, ਕ੍ਰਿਸਚਨ ਹੈ, ਈਸਾਈ ਹੈ, ਜੈਨੀ ਹੈ, ਬੁੱਧ, ਹਰ ਇੱਕ ਧਰਮ ਦੇ ਬਾਰੇ ਅਸੀਂ ਸਿੱਖਿਆ ਦਿੰਦੇ ਹਾਂ। ਔਰ ਟਾਈਮ ਟੂ ਟਾਈਮ ਬੱਚਿਆਂ ਦੇ ਐਕਟੀਵਿਟੀਜ਼ ਨਾਲ ਕਰਵਾਉਂਦੇ ਹਾਂ, ਨਵੀਂ ਲੇਟੈਸਟ ਟੈਕਨੋਲੋਜੀ ਕੀ ਹੈ, ਇੰਟਰਨੈਸ਼ਨਲ ਲੈਵਲ 'ਤੇ ਕੀ ਹੋ ਰਿਹਾ ਉਹ ਵੀ ਬੱਚੇ ਨੂੰ ਦੱਸਦੇ ਹਾਂ ਕਿ ਬੱਚਾ ਕਿਸੇ ਵੀ ਪੱਖੋਂ ਪਿੱਛੇ ਨਾ ਰਹਿ ਜਾਵੇ। ਔਰ ਨਾਲ ਹੀ ਵੈਦਿਕ ਐਜੂਕੇਸ਼ਨ ਦੀ ਅੱਜ ਕੱਲ੍ਹ ਬਹੁਤ ਜ਼ਰੂਰਤ ਹੈ, ਨੈਤਿਕਤਾ ਖਤਮ ਹੋ ਗਈ। ਅੱਜ ਕੱਲ੍ਹ ਤੁਸੀਂ ਦੇਖੋ ਜੇ ਕਿਸੇ ਬੱਚੇ ਕੋਲ ਫੈਮਿਲੀ 'ਚ ਸਾਡੇ ਕੋਲ ਕਿੰਨੇ ਪੇਰੈਂਟਸ ਆਉਂਦੇ ਕਹਿੰਦੇ ਕਿ ਬੱਚਾ ਸਾਡੀ ਰਿਸਪੈਕਟ ਨਹੀਂ ਕਰਦਾ, ਕਿਉਂ? ਕਿਉਂਕਿ ਉਹਦੇ ਸੰਸਕਾਰ, ਉਹਦੇ ਜੀ ਵੈਲਿਊ, ਮੋਰਲ ਵੈਲਿਊਸ, ਐਥਿਕ ਵੈਲਿਊਸ ਜਿਹੜੀਆਂ ਉਹ ਖਤਮ, ਡਿਗਰੇਡ ਹੋ ਗਿਆ ਸੋਸਾਇਟੀ 'ਚੋਂ, ਹੈ ਨਾ। ਉਹ ਚੀਜ਼ਾਂ ਵੀ ਦੱਸਣੀਆਂ ਬੱਚੇ ਨੂੰ ਬਹੁਤ ਜ਼ਰੂਰੀ ਹੈ, ਜਿਹੜਾ ਕਿ ਅਸੀਂ ਡੀਏ ਵਿੱਚ ਬੱਚੇ ਨਾਲ ਕਰਦੇ ਹਾਂ, ਦੱਸਦੇ ਹਾਂ। ਸਰ, ਅਸੀਂ ਬੱਚਿਆਂ ਨੂੰ ਬਿਹਤਰ ਸੁਵਿਧਾਵਾਂ ਦੇਣਾ ਚਾਹੁੰਦੇ ਹਾਂ, ਕਿਉਂਕਿ ਪੜ੍ਹਾਈ ਦੇ ਨਾਲ ਨਾਲ ਬੱਚੇ ਨੂੰ ਸੁਵਿਧਾ ਅਤੇ ਨਾਲ ਉਸਨੂੰ ਪੂਰੇ ਵਿਸ਼ਵ ਵਿੱਚ ਕੀ ਵਾਪਰ ਰਿਹਾ ਪਤਾ ਹੋਣਾ ਚਾਹੀਦਾ, ਕਿਉਂਕਿ ਸਿਰਫ ਤੋਂ ਸਿਰਫ ਸਿੱਖਿਆ ਦੇ ਕੇ ਹੀ ਨਹੀਂ ਅਸੀਂ ਬੱਚੇ ਨੂੰ ਕਹਿ ਸਕਦੇ ਕਿ ਬੱਚਾ ਅੱਛਾ ਡਾਕਟਰ ਜਾਂ ਇੰਜੀਨੀਅਰ ਬਣ ਜਾਏ। ਉਸਦੇ ਨਾਲ ਉਸਨੂੰ ਬੇਸਿਕ ਚੀਜ਼ਾਂ ਦਾ ਵੀ ਅਸੀਂ ਧਿਆਨ ਰੱਖਦੇ ਹਾਂ, ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਇੰਟਰੋਡਿਊਸ ਕਰਾਂਗੇ। ਔਰ ਕੁਛ ਪੇਰੈਂਟਸ ਵੱਲੋਂ ਵੀ ਸੀ, ਜਗਰਾਓਂ ਦੀ ਪਬਲਿਕ ਵੱਲੋਂ ਵੀ ਸੀ ਕਿ ਸਕੂਲ 'ਚ ਥੋੜ੍ਹੀ ਸਾਡੀ ਜ਼ਮੀਨ ਦੀ ਹੋਰ ਐਕਸਟੈਂਡ ਕਰਨਾ ਚਾਹੁੰਦੇ ਸੀ ਕਿ ਸਕੂਲ ਨੂੰ ਵੱਡਾ ਕੀਤਾ ਜਾਏ, ਹੋਰ ਐਕਸਟੈਂਡ ਕੀਤਾ ਜਾਏ। ਉਸ ਵਾਸਤੇ ਕੋਈ ਉਪਰਾਲਾ ਕਰ ਰਹੇ ਹਾਂ, ਅਸੀਂ ਜ਼ਮੀਨ ਇੱਕ ਦੋ ਜਗ੍ਹਾ 'ਤੇ ਦੇਖੀ ਹੈ, ਹੋਪਸ ਹੋ ਕਿ ਪਰਮਿਸ਼ਨ ਸਾਨੂੰ ਮਿਲ ਜਾਏਗੀ। ਔਰ 3.5 ਕਿੱਲੇ ਦੇ ਕਰੀਬ ਅਸੀਂ ਨਵੀਂ ਜ਼ਮੀਨ ਲੈ ਰਹੇ ਨੇ, ਉਹਦੇ ਵਿੱਚ ਸਕੂਲ ਨੂੰ ਐਕਸਟੈਂਡ ਕੀਤਾ ਜਾਏਗਾ, ਹੋਰ ਵੱਡਾ ਉਪਰਾਲਾ ਕੀਤਾ ਜਾਏਗਾ, ਬੱਚਿਆਂ ਨੂੰ ਨਵੀਂ ਟੈਕਨੀਕ, ਸਮਾਰਟ ਕਲਾਸ ਇਕਵਿਪਡ ਜੋ ਵੀ ਕੀਤਾ ਜਾ ਰਿਹਾ, ਬੱਚਿਆਂ ਵਾਸਤੇ ਜੂਨੀਅਰ ਬਲੋਕ ਫੁੱਲੀ ਏਅਰ ਕੰਡੀਸ਼ਨ ਕੀਤਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇੱਕ ਅੱਛਾ ਮਾਹੌਲ ਵੀ ਮਿਲੇਗੀ, ਅੱਛਾ ਕੰਫਰਟੇਬਲ ਹੋ ਕੇ ਜਿੱਥੇ ਬੱਚੇ ਪੜ੍ਹ ਸਕਦੇ ਹਨ, ਔਰ ਅੱਛੇ ਟੀਚਰ, ਕੁਆਲੀਫਾਈਡ ਟੀਚਰ ਅਪੁਆਇੰਟ ਕੀਤੇ ਜਾ ਰਹੇ ਹਨ ਅਕੋਰਡਿੰਗ ਟੂ ਜੋ ਵੀ CBSE ਦੇ ਹੈਗੇ ਨੇ। ਅਤੇ ਇਹ ਤੋਂ ਇਲਾਵਾ ਅਸੀਂ ਸਕੂਲ ਵਿੱਚ ਸਪੋਕਨ ਇੰਗਲਿਸ਼ ਬੱਚਿਆਂ ਨੂੰ, ਠੀਕ ਹੈ ਅਸੀਂ ਵੈਦਿਕ ਐਜੂਕੇਸ਼ਨ ਦਿੰਦੇ ਹਾਂ, ਬਟ ਅੱਜ ਕੱਲ੍ਹ ਇੰਟਰਨੈਸ਼ਨਲ ਲੈਂਗੁਏਜ 'ਤੇ ਜ਼ੋਰ ਦਿੱਤਾ ਜਾ ਰਿਹਾ ਕਿ ਬੱਚੇ ਸਾਡੇ ਭਵਿੱਖ ਵਿੱਚ ਕੋਈ ਬਾਹਰ ਜਾਣਾ ਚਾਹੁੰਦਾ ਹੈ, ਇੰਗਲੈਂਡ, ਅਮੈਰੀਕਾ, ਕੈਨੇਡਾ ਸੈਟਲ ਹੋਣਾ ਚਾਹੁੰਦਾ, ਅਤੇ ਉਹਨਾਂ ਦੀ ਇੰਗਲਿਸ਼ ਦਾ ਲੈਵਲ ਵੀ ਇੱਕ ਬਹੁਤ ਅੱਛਾ ਹੋਣਾ ਚਾਹੀਦਾ। ਔਰ ਇਸ ਲਈ ਸਾਡੇ ਬੱਚੇ ਕੁਛ ਸਾਇੰਸ ਔਰ ਮੈਥਮੈਟਿਕਸ IIT ਗ੍ਰੈਜੂਏਟ ਬੱਚੇ ਆਲਰੇਡੀ ਨਿਕਲ ਚੁੱਕੇ ਨੇ, ਅਤੇ ਕੁਛ ਬੱਚੇ ਉਸ ਤਰੀਕੇ ਨੂੰ ਉਸ ਲਾਈਨ 'ਤੇ ਚੱਲ ਰਹੇ ਨੇ। 2018 ਦੇ ਬੈਚ 18 ਵਿੱਚ ਸਾਡਾ ਇੱਕ ਬੱਚਾ, ਉਸਨੇ NTSC ਲੈਵਲ, ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਲੈਵਲ 2 ਵੀ ਪਾਸ ਕੀਤਾ ਹੈ, ਜੋ ਕਿ ਇੱਕ ਉਪਲਬਧੀ ਹੈ ਜਗਰਾਓਂ ਦੀ ਪਬਲਿਕ ਵਾਸਤੇ, ਇਸ ਸ਼ਹਿਰ ਵਾਸਤੇ, ਕਿ ਇੱਥੇ ਵੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਹੈ ਬੱਚਿਆਂ ਦੀ, ਬਟ ਇੱਕ ਉਹਨਾਂ ਨੂੰ ਇੱਕ ਰਸਤਾ, ਇੱਕ ਅੱਛੇ ਇੰਸਟੀਚਿਊਟ ਦੀ ਭਾਲ ਹੈ, ਜੋ ਕਿ ਇਸ ਕਮੀ ਨੂੰ ਜਲਦੀ ਤੋਂ ਜਲਦੀ ਅਸੀਂ ਪੂਰਾ ਕਰਾਂਗੇ। ਸਰ, ਯੂ ਆਰ ਐਨ ਇੰਸਟੀਟਿਊਸ਼ਨ ਔਰ ਬੜਾ ਲੰਬਾ ਤੁਹਾਡੇ ਕੋਲ ਜਿਹੜੇ ਹੈਗੇ ਆ ਇਸ ਸਕੂਲ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ, ਅਗਭਗ ਨਾ ਲੱਗ ਜਾਈਏ ਤਾਂ ਮੇਰਾ ਖਿਆਲ ਹੈ ਕਿ ਆਪਾਂ ਨੂੰ ਬਹੁਤ ਵੱਡਾ ਜਿਹੜਾ ਹੈਗਾ ਇਸ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ। ਔਰ ਜਿਸ ਤਰੀਕੇ ਨਾਲ ਤੁਸੀਂ ਕਿਹਾ, ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਬਾਹਰ ਜਾਣ ਲਈ ਆਈਲੈਟ ਸੈਂਟਰ ਦੇ ਉੱਤੇ ਜਾਂਦੇ ਨੇ, ਪਰ ਤੁਹਾਡੇ ਬੱਚਿਆਂ ਦੇ ਮਾਇੰਡ ਸੈਟ ਆ ਪਹਿਲਾਂ ਹੀ ਇੰਨੇ ਜ਼ਿਆਦਾ ਤੇਜ਼ ਹੁੰਦੇ ਆ ਇੰਗਲਿਸ਼ ਸਪੀਕਿੰਗ, ਉਹਨਾਂ ਦੇ ਲਈ 5-6 ਬੈਂਡ 7 ਬੈਂਡ ਤਾਂ ਕੋਈ ਮਾਇਨੇ ਰੱਖਦੇ ਆ, ਵੈਸੇ ਹੀ ਉਹਨਾਂ ਨੂੰ ਇੰਨੇ ਜ਼ਿਆਦਾ ਤੁਹਾਡੀ ਸਪੋਕਨ ਇੰਗਲਿਸ਼ ਔਰ ਰਿਟਨ ਦੇ ਵਿੱਚ, ਔਰ ਤੁਸੀਂ ਖੁਦ ਜਿਹੜਾ ਹੈਗਾ ਉਹਨਾਂ ਦੇ ਨਾਲ ਹਮੇਸ਼ਾ ਕੌਂਸਲਿੰਗ ਕਰਦੇ ਹੋ ਬੱਚਿਆਂ ਦੇ ਨਾਲ, ਟੀਚਰਸ ਦੇ ਨਾਲ, ਕਿ ਨਹੀਂ ਅਸੀਂ ਟੀਚਰ ਹੀ ਨਹੀਂ ਹਾਂ, ਅਸੀਂ ਸਿਰਫ ਉਹਨਾਂ ਦੇ ਪੇਰੈਂਟਸ ਹਾਂ, ਅਸੀਂ ਉਹਨਾਂ ਦੇ ਗਾਰਡੀਅਨ ਹਾਂ, ਉਹਨਾਂ ਨੂੰ ਇੱਕ ਨਵਾਂ ਨੈਟਵਰਕ ਜਿਹੜਾ ਦੇਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਆਪਕਾ ਨਾਮ? ਮਾਈ ਨੇਮ ਇਜ਼ ਦਿਸ਼ਾ ਗੋਇਲ। ਦਿਸ਼ਾ, ਹਾਊ ਯੂ ਆਰ ਫੀਲਿੰਗ ਹੇਅਰ? ਆਈ ਐਮ ਫੀਲਿੰਗ ਵੈਰੀ ਗੁੱਡ ਬਿਕੋਜ਼ ਦਿਸ ਸਕੂਲ ਹੈਜ਼ ਚੇਂਜ ਅ ਲੋਟ ਐਕਚੁਅਲੀ। ਦੇਅਰ ਇਜ਼ ਅ ਵੈਲ ਮੇਨਟੇਨਡ ਡੈਕੋਰਮ ਇਨ ਦ ਸਕੂਲ, ਨਿਊ ਡਿਫਾਈਨਡ ਵੈਲ ਮੈਨੇਜਡ ਸਮਾਰਟ ਕਲਾਸਿਸ, newly inaugurated science labs like bio labs, chemistry labs, physics labs are inaugurated separately. Recently we had a science exhibition, maths exhibition and a lot of cultural activities in that also. We learned a lot in that exhibition and I love the school and I want to read in this school for
my primary education. Good morning to all. My name is Radhika and I am feeling very proud to be a DAV student. There is a wheel change in the school after the coming of the principal, Mr. Brijmohan. All the teachers are working well and good under his guidance, and all the students are also working hard for getting good marks under for exams. Prior, the director of the DAV, Mr. J.P. Shur, also visited our school, and he wanted that the word Brijmohan should be written in golden words in the history of DAV because it has brought a drastic change in the DAV history. Thank you. Hello everyone, I am Priya Panchal and I want to tell you about my school. In our school, I am studying here from nursery and I have never seen a change in it. From last 2 or 3 months, I have seen a drastic change in the school. In our school, now all students are taking part in cultural activities such as dance, music and sports and winning so many prizes. And I am really proud to be a student of this school. Thank you. Centenary Public School, Jagrao. Reception and administrative block. This is our library. In their library period, students sit quietly and read different kinds of books here. And there are so many books are there, like GK books and other so many books are there. Senior Secondary Block, inaugurated by our respected Sir Shri J.P. Shurji on 14th October 2018. करिए नस नस मेरी खो दे हाय कुछ करिए कुछ करिए कुछ करिए बस बस बड़ा बो दे अब कुछ करिए ओ कोई तो चल सिद्ध फड़िए तू बेतरिए या मरिए हाय कोई तो चल सिद्ध फड़िए तू बेतरिए या मरिए चक दे वंदे जदों ए आउंदी ए लोड़ी बड़ा जी लाउंदी ए लोड़ी जदों ए आउंदी ए लोड़ी बड़ा जी लाउंदी ए लोड़ी Here we go.
Jingle bells, jingle all the way. Oh, what fun it is to ride in a one-horse open sleigh. Hey, jingle bells, jingle bells, jingle all the way. Oh, what fun it is to ride in a one-horse open sleigh.